ਮੇਰਾ ਇਹਨੇ ਆਖਿਆ ਮੇਰੀ ਜਾਨ ਲੁਬਣਾ ਆ ਗਈ ਇਹਦੇ ਨਾਲ, ਮੈਂ ਕਿਹਾ 2023 'ਚ ਬਣਾ ਅੱਲਾ ਹਾਲ ਕਰੇ ਤੇ ਸਾਰਾ ਕੋਈ ਲੈਣ ਦੇਣ ਸਾਰਾ ਕੰਮ ਕਰਦੇ ਉਹਨੇ ਖੇਡ ਹੋ ਗਿਆ। ਹੈਲੋ ਫਰੈਂਡ, ਗੁੱਡ ਮੋਰਨਿੰਗ, ਕੀ ਹਾਲ ਹੈ ਜੋ ਸਭ ਠੀਕ ਹੋ ਤੇ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ। ਇੱਧਰ ਬੜੀ ਆਈ ਹੈ ਆਖਿਆ ਮੇਰੀ ਤਰਫੋਂ ਤੁਹਾਨੂੰ ਸਾਰਿਆਂ ਨੂੰ ਛੋਟੀ ਛੋਟੀ ਈਦ ਮੁਬਾਰਕ ਹੋਵੇ। ਅਲੀ ਨੇ ਆਖਿਆ ਉੱਥੇ ਨਾਲੇ ਧੋ ਗਏ ਫਿਰ ਈਦ ਪਾਣੀ ਚੱਲੀ। ਹਾਂ ਜੀ, ਨਹਾ ਧੋ ਕੇ ਤੁਹਾਡੇ ਸਾਹਮਣੇ ਆਹ ਥੋੜ੍ਹੇ ਸ਼ਸ਼ਕ ਕੱਢੇ ਨੇ, ਇਹ ਸ਼ਸ਼ਕ ਤੁਹਾਨੂੰ ਵਹਾਵਾਂ ਆਰਾਮ ਸਕੂਨ ਨਾਲੇ ਤੋਂ ਆਈ ਨਾ ਈਦ ਸੀ ਬੜਾ ਮੰਨੇ ਆ ਨਾ, ਘਰ ਸਾਹਿਬ ਕਹਿੰਦੇ ਬੇਟੇ ਜਲਦੀ ਆਓ, ਟਾਈਮ ਸ਼ਾਰਟ ਹੈ ਬੇਟੇ ਜਲਦੀ ਆਓ ਜਲਦੀ ਆਓ, ਈਦ ਸੀ ਬੜਾ ਵੀ ਹੈ ਫਿਰ ਤੁਹਾਨੂੰ ਸ਼ਸ਼ਕ ਪ੍ਰੋਟੋਕੋਲ ਲਵਾਉਣੇ ਆ, ਤਾਂ ਮਜ਼ਾ ਆ ਗਿਆ ਨਾ। ਹਾਂ ਜੀ, ਆਹ ਜੀ ਵਲੋਗ ਬੜੇ ਲੰਮੇ ਹੋਣ ਵਾਲੇ ਨੇ। ਕਮਾ ਸੱਲੀ ਤਾਲਾ ਸੀਜੀਨਾ ਇਬਰਾਹੀਮ ਵਾਲਾ ਆਲ ਸੀਜੀਨਾ ਇਬਰਾਹੀਮ ਇਨਕਾ ਹਬੀਬੁ ਮਜੀਦ ਅੱਲਾਹ ਰੱਬਨਾ ਆਤੀਨਾ ਫੀ ਦੁਨਿਆ ਹਸਨਤਾ ਵਫਿਲ ਆਖਿਰਤਿ ਹਸਨਤਾ ਵਕਿਨਾ ਅਜ਼ਾਬਨ ਨਾਰ। ਪਿਆਰੇ ਹੋਈ ਸ਼ਿਫਾਰ ਆਏ ਆ ਕੇ ਸਕੂਨ ਨਾਲ ਲੰਮੇ ਸਮੇਂ ਪਏ ਆ, ਮੈਂ ਕਿਹਾ 2 ਮਿੰਟ ਰੈਸਟ ਕੀਤੀ ਜਾਏ, ਕੋਈ ਖਾਣ ਪਾਣ ਦਾ ਨਿਗਾਮ ਇੰਤਜ਼ਾਮ ਹੁੰਦਾ, ਫਿਰ ਵਲੋਗ ਸ਼ੋਅ ਸਟਾਰਟ ਕਰਨੇ ਆ, ਕੋਈ ਈਦੀ ਸ਼ੀਦੀ ਲੈਣੇ ਦਿੰਦੇ ਆ। ਪਰ ਉਹਨੇ ਆਖਿਆ ਸਕੂਨ ਨਹੀਂ ਹੈ, ਕੋਈ ਜ਼ਿੰਦਗੀ 'ਚ ਸਕੂਨ ਨਹੀਂ ਹੈ, ਅਤੇ ਕੋਈ ਬਿਜਲੀ ਵਾਲੇ ਸਕੂਨ ਲੈ ਦਿੰਦੇ, ਇਹਨਾਂ ਨੇ ਬੰਦ ਕਰ ਲਿਆ ਬਿਜਲੀ। ਅੱਜ ਦਿਹਾੜੇ ਵੀ ਨਾ ਕਰ, ਨਹੀਂ ਪੱਖੇ ਕਿਉਂ ਚੱਲ ਰਹੇ ਨੇ, ਯੂਨਿਟਾਂ ਢਹਿ ਰਹੀਆਂ ਨੇ। ਆਹ ਵੇਖੋ 2 ਮਿੰਟ ਲੰਮੇ ਪਿਆ, ਉਹਨੇ ਆਖਿਆ ਫਿਰ ਨਾ ਆ ਗਏ ਕੱਪੜੇ ਇਸ ਟਾਈਮ ਨਵੇਂ ਪਾਏ ਹੁੰਦੇ ਨੇ ਦਿਹਾੜੇ ਈਦ ਵਾਲੇ ਦਿਨ ਦੇ, ਅਤੇ ਉਂਝ ਹੀ ਗਰਮੀ ਬੜੀ ਹੁੰਦੀ ਹੈ, ਅਤੇ ਨੀਂਦ ਮੇਰੀ ਅੱਖਾਂ 'ਚ ਵੇਖੋ ਬਹੁਤ ਨਲ ਵੇ, ਇਹਨਾਂ ਇੱਧਰ ਨੂੰ ਸਿਰਫ ਨੀਂਦ ਨਜ਼ਰ ਆਵੇਗੀ, ਨੀਂਦ ਵੀ ਬਹੁਤ ਜ਼ਿਆਦਾ ਆਈ ਹੈ। ਬਾਕੀ ਵੇਖੋ ਫਿਰ ਹੁਣ ਕੀ ਬਣਦਾ ਅੱਜ ਦਾ ਦਿਨ ਨਾ, ਅੱਗੂ ਆਸਤਾ ਆਸਤਾ ਬਹੁਤ ਜ਼ਿਆਦਾ ਮਸਰੂਫੀਆਤ ਵਧਣ ਵਾਲੀਆਂ ਨੇ ਮੇਰੀਆਂ। ਹੈਰਾਨ ਹੁੰਦੀ ਵੀ ਡਰੈਸ ਵੇਖ ਕੇ, ਇਹ ਅਸਲ 'ਚ ਸੁਣਨ ਲੱਗਾ ਮੈਂ, ਅੱਖਾਂ ਦਿੱਤੀਆਂ ਨਹੀਂ ਪੀਆਂ, ਇਹ ਥੋੜ੍ਹੀ ਪੇਟ ਪੂਜਾ ਕਾਹ ਲਈ, ਸੈਂਡਵਿਚ ਵਗੈਰਾ ਨੇ, ਚਾਟ ਨੇ, ਬਹੁਤ ਵਧੇ ਜੀ ਇਹ ਖਾ ਕੇ ਮੈਂ ਸੁਣਨ ਲੱਗਾ ਵਾਂ, ਫਿਰ ਉੱਠ ਕੇ ਫਿਰ ਅੱਗੂ ਪਤਾ ਨਹੀਂ ਕੀ ਕਰਨਾ ਕੀ ਨਹੀਂ, ਇਹ ਤਾਂ ਫਿਰ ਹੁਣ ਟਾਈਮ ਨਿੱਕੇ ਸੁੱਤਾ ਨਾ, ਮੇਰੇ ਕਪੈਸਿਟੀ ਕੋਈ ਨਹੀਂ ਆਇਆ, ਨਾ ਮੈਂ ਬਾਹਰ ਜਾ ਸਕਦਾ, ਨਾ ਕੋਈ ਹੋਰ ਘਰ ਕਰਨਾ। ਹਾਂ ਬਾਕੀ ਬਹੁਤ ਮਿਲਦੀ ਚਾਟ ਸੈਂਡਵਿਚ। 2000 years later ਯਾਕਸ਼ਾ ਖੁੱਲ ਗਈ ਮੇਰੀ, ਤੇ ਇਹ ਬਿਰਿਆਨੀ ਮੇਰੇ ਸਾਹਮਣੇ ਆ ਗਈ ਹੈ, ਬਿਰਿਆਨੀ ਸ਼ਨੀ ਖਾ ਲਈ, ਇੱਕ ਵਾਰ ਪੇਟ ਫੁੱਲ ਹਾਲੀ ਹੋ ਗਿਆ, ਫਿਰ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਸਟਾਰਟ ਹੋਣ ਲੱਗੀ, ਫਿਰ ਜਾਣਾ ਆ ਜਾ ਕੇ ਕਰਵਾਉਣੀਆਂ ਜਾਣੀਆਂ ਨੇ ਸਭ ਕੁਝ ਲੱਗਣਾ ਪੜਨਾ, ਠੀਕ ਹੈ ਪਹਿਲਾਂ। ਪੰਜ ਹਜ਼ਾਰ ਦਾ ਠੀਕ ਹੋ ਗਿਆ, ਬਥੇਰਾ ਲੈਣਾ ਨਾਲੇ, ਹੁਣ ਚੱਲੀਏ ਅੱਛਾ ਕੇ ਜਾ ਕਰਵਾਣੀਆਂ ਛਣੀਆਂ ਕਰਨੀਆਂ ਨੇ, ਉਹ ਸਾਰੀ ਗੱਲ ਜਾ ਕਰ ਮੈਂ ਅੱਗੇ ਸਮਝਾਣਾ। ਚੱਲੀਏ ਜੀ, ਉਹਨਾਂ ਨੇ ਦਸਤਾਨੇ ਛਣੇ ਪਾ ਲੈਣੇ, ਕੇਅਰਿੰਗ ਕਰਨੀ ਦਸਤਾਨਿਆਂ ਦੀ, ਉਹਨੇ ਆਖਿਆ ਤਾਰੀ ਕੇਅਰਿੰਗ ਕਰਨੀ, ਚੱਲੀਏ ਹੁਣ ਗੱਡੀ ਛੱਡੀ ਰੈਡੀ, ਉੱਥੇ ਜਾ ਕੇ ਇਨਸ਼ਾਅੱਲਾ ਅੱਛਾ ਜਾ ਕੇ ਮਿਲਣੇ ਤਰ ਪਹੁੰਚ। ਹਾਂ ਵੀ ਫਾਈਨਲੀ ਪਹੁੰਚ ਜਾਣਾ, ਗਰਮੀ ਬਹੁਤ ਜ਼ਿਆਦਾ, ਉਰਾ ਉਮਰ ਸਾਹਿਬ, ਉਮਰ ਸਾਹਿਬ ਉਰਾ ਉਹ ਈਦ ਮੁਬਾਰਕ, ਉਹ ਨਹੀਂ ਕਹਿਣਾ ਈਦ ਮੁਬਾਰਕ, ਆਹ ਕਹਣਾ ਹੈ ਮੁਬਾਰਕ, ਆਖੋ ਸਾਰਿਆਂ ਨੂੰ ਈਦ ਮੁਬਾਰਕ। ਲਓ ਜੀ ਮੇਰੀ ਤਰਫ ਈਦ ਮੁਬਾਰਕ ਹੋ ਗਈ। ਅੱਛਾ ਦੂਸਰਾ ਇਹ ਸੀ ਕਿ ਕੁਰਬਾਨੀ ਛਾਣੀ ਹੋ ਗਈ, ਇਹ ਗੋਸ਼ ਕਰਦੇ ਨੇ, ਮੈਂ ਆਇਆ ਵਾਂ, ਮੈਨੂੰ ਥੋੜ੍ਹਾ ਲੇਟ ਹੋ ਗਿਆ, ਜਦ ਚੱਲਣੇ ਆ ਉੱਥੇ ਪਹਿਲਾਂ ਪਾਣੀ ਛਾਣੀ ਪੀ ਲਈਏ, ਫਿਰ ਅੱਲਾ ਹਾਇਰ ਕਰਦੇ, ਬਾਕੀ ਠੀਕ ਹੋ ਗਿਆ। ਹਾਂ ਗਰਮੀ ਬੜੀ ਹੈ ਨਾ ਉਮਰ, ਸਾਰਾ ਕੋਈ ਪਹੁੰਚ ਆਇਆ ਘਰ, ਮਤਲਬ ਦਾਲ ਦੂਕ ਸਭ ਕੁਝ ਕਲੀਅਰ ਹੋ ਗਿਆ, ਮੈਂ ਆਪਣੇ ਨਾਲ ਸਹੀ ਟਾਈਮ ਦੇ ਆਇਆ, ਮੈਂ ਕਿਹਾ ਹੋ ਗਿਆ ਸਾਰਾ ਕੁਝ, ਇੰਨੀ ਗਰਮੀ 'ਚ ਹੁੰਦੀ, ਇੰਨੀ ਗਰਮੀ 'ਚ ਵੈਸੇ ਹੀ ਮੱਤ ਵੱਜ ਜਾਂਦੀ ਹੈ,
ਆ ਤੇ ਠੀਕ ਹੋ ਗਿਆ ਹੁਣ ਇਨਸ਼ਾਅੱਲਾ ਸਾਹ ਚੱਲੀ ਹੈ ਵੇਖਿਆ ਐ ਅੱਲਾ ਹਾਲ ਕਰੇ ਤੇ ਸਾਰਾ ਕੋਈ ਲੈਣ ਦੇਣ ਸਾਰਾ ਕੰਮ ਕਰਦਾ ਉਹਨੇ ਖੇਡ ਹੋ ਗਿਆ ਐ ਠੰਡਾ ਠੰਡਾ ਜੂਸ ਪੀਏ ਗਣੇ ਬੋਲ ਦਾ ਤੇ ਜੂਸ ਜੂਸ ਪੀ ਕੇ ਆਰਾਮ ਸਕੂਨ ਨਾਲ ਇਨਸ਼ਾਅੱਲਾ ਫਿਰ ਜਾਣਾ ਬਰਨਾਲੀ ਬਰਨਾਲੀ ਜਾਣਾ ਜੀ ਬਰਨਾਲੀ ਜਾਣਾ ਤੁਸੀਂ ਬੇਟੇ ਚਲੋ ਜਿਹਨਾਂ 'ਤੇ ਜਾਣਾ ਕੋਈ ਨਹੀਂ ਹੈ ਅਸੀਂ ਜੂਸ ਜੂਸ ਪੀ ਲਈਏ ਨਾਲੇ ਵੇਖਿਆ ਗਰਮੀ ਬਹੁਤ ਜ਼ਿਆਦਾ ਇਨਸ਼ਾਅੱਲਾ ਹਾਲ ਕਰੇ ਵੇਖਿਆ ਚੱਲੀ ਤੂੰ ਡਿਗਰ ਹੋ ਚੱਲੀ ਪਰ ਗਰਮੀ ਚਲੋ ਜੀ ਹੁਣ ਇਹਨਾਂ ਨੂੰ ਚੱਲਿਆ ਨਾਨਕੇ ਕਿੱਥੇ ਚੱਲੋ ਨਾਨਕੇ ਚੱਲੇ ਹੋ ਨਾਨੋ ਕੋਲ ਚਲੋ ਜੀ ਇਹਨਾਂ ਨੂੰ ਨਾਨਕੇ ਲੈ ਕੇ ਚੱਲੇ ਹਾਂ ਅਤੇ ਇਨਸ਼ਾਅੱਲਾ ਡਾਇਰੈਕਟ ਜਾ ਕੇ ਉਹਨੂੰ ਬਰਨਾਲੀ ਮੁਲਾਕਾਤ ਹੁੰਦੀ ਹੈ ਸਭ ਦਾ ਟਾਈਮ ਹੋ ਗਿਆ ਹੁਣ ਗੱਡੀ ਚੱਲੀ ਸਿੱਧਾ ਬਰਨਾਲੀ ਠੀਕ ਹੈ ਨਾ ਓਕੇ ਹੋ ਚਲੀ ਕੋਈ ਲਾਹ ਥੋੜ੍ਹਾ ਖੁਸ਼ ਨੇ ਖੇਡਦੇ ਨੇ ਪਏ ਹਾਂ ਅਤੇ ਵੇਖੋ ਫਿਰ ਹੁਣ ਮੇਰਾ ਮੈਨੂੰ ਤਾਂ ਉੱਥੇ ਕੰਮ ਨੇ ਉਹ ਭੁਗਤਾ ਲਈ ਫਿਰ ਵੇਖੋ ਕਿ ਅਸੀਂ ਬੰਦਾ ਕਾਰ ਵੀ ਲੈ ਜਾਣਾ ਸ਼ਾਮ ਹੋ ਚੱਲੀਏ ਤਾਂ ਠੀਕ ਹੈ ਫਿਰ ਦੁਆ ਯਾਦ ਰੱਖ ਮੈਂ ਜਾਣ ਲੁਭਣਾ ਆ ਗਈ ਇਹਦੇ ਨਾਲ ਮੈਂ ਕਿਹਾ 2023 ਦਾ ਬਣਾ ਰਹੀ ਹੈ ਵੈਸੇ ਸ਼ਾਮ ਹੋ ਗਈ ਮੈਂ ਇੱਥੋਂ ਜਾ ਕੇ ਦਾ ਕਾਰ ਜਾਣਾ ਵੇਖ ਲਓ ਫਿਰ ਮੇਰੇ ਜਿਗਰੇ ਐ ਨੇ ਮੈਂ ਆਖਿਆ ਫਿਰਨੇ ਆ ਪਿਆ ਇਸ ਟਾਈਮ ਤਾਂ ਕੋਈ ਸੁਨਸਾਨ ਰਸਤਿਆਂ ਦੇ ਗ੍ਰਸ਼ਿਆ ਬਣਾ ਲਈ ਸੋਹਣੀ ਵਾਰੀ ਫਿਰ ਏ ਫਿਊ ਮੋਮੈਂਟਸ ਲੇਟਰ ਆ ਹੈ ਅੱਛਾ ਜੀ ਬੜੀ ਉਹਨੇ ਆਖਿਆ ਮੁਸ਼ਕਲ ਥੋੜ੍ਹੀ ਦੇਰ ਪਹਿਲਾਂ ਤਕਰੀਬਨ ਉਹਨੇ ਆਖਿਆ ਪਹੁੰਚਿਆ ਜੇ ਕਾਰ ਤਕਰੀਬਨ 5 ਕੁ ਮਿੰਟ ਹੋਏ ਆ ਕੇ ਸਾਹ ਛੱਲਿਆ ਪਾਣੀ ਚੋਣ ਪੀਤਾ ਆ ਗਿਆ ਅੱਜ ਦੀ ਤੇ ਦਿਨ ਉਹਨੇ ਆਖਿਆ ਈਦਾ ਗੁਜ਼ਰ ਗਿਆ ਤੁਹਾਨੂੰ ਪਤਾ ਕਿਸ ਤਰ੍ਹਾਂ ਗੁਜ਼ਰਿਆ ਵੈ ਪਾਪਾ ਜਾਨ ਜਿਹੜੇ ਨੇ ਉਹ ਡਿਊਟੀ 'ਤੇ ਉਹਨਾਂ ਦੀ ਉੱਥੇ ਗੁਜ਼ਰੀ ਹੈ ਸਾਡੇ ਇੱਥੇ ਗੁਜ਼ਰੀ ਹੈ ਛੋਟੀ ਪਾਪਾ ਜਾਨ ਇੱਥੇ ਕਦੇ ਨੇ ਵੱਡੀ ਡਿਊਟੀ 'ਤੇ ਦੂਸਰਾ ਕੁਰਬਾਨੀ 'ਤੇ ਜਾਣਾ ਹਾਂ ਕੁਰਬਾਨੀ ਟਾਈਮ ਲੇਟ ਹੀ ਪਹੁੰਚਿਆ ਵਾਂ ਬਾਕੀ ਠੀਕ ਹੋ ਗਿਆ ਸਹੀ ਟਾਈਮ ਪਹੁੰਚਿਆ ਗਰਮੀ ਇਤਨੀ ਚੰਗਾ ਰੈਸਟ ਰੁਸਟ ਕਰਕੇ ਗਈ ਸਹੀ ਹੋ ਗਿਆ ਨਾ ਬਰਨਾਲੀ ਸਹੀ ਟਾਈਮ ਨਹੀਂ ਦੇਣ ਹੋਇਆ ਹੁਣ ਜਿਹਾ ਦੂਸਰਾ ਦਿਨ ਆ ਜਾਣਾ ਈਦ ਦਾ ਉਦੋਂ ਉਸ ਦਿਨ ਨੂੰ ਫਿਰ ਇਨਸ਼ਾਅੱਲਾ ਅਸੀਂ ਜਾਵਾਂਗੇ ਅੱਲਾਹ ਕਰ ਬਰਨਾਲੀ ਉੱਥੇ ਜਵਾਇਸ਼ ਕਰਾਂਗੇ ਰਾਤੀ ਵਿੱਚ ਚੱਲ ਵੇਖਾਂਗੇ ਮੁੜਿਆਂ ਅੱਗੇ ਜਾਣ ਬਾਹਰ ਜਾਣ ਦਾ ਇੰਤਜ਼ਾਮ ਬਣਦਾ ਕਿ ਨਹੀਂ ਆ ਤੇ ਆ ਉਹਨੂੰ ਵੇਟ ਕੋਲ ਖਾਣੇ ਦਾ ਸੋਹਣਾ ਵਾਲਾ ਨੇ ਆਖਿਆ ਮਟਨ ਇੱਕ ਬੀਫ ਜੇ ਕੇ ਰੋਸਟ ਹੋ ਰਿਹਾ ਤੂੰ ਆਉਂਦਾ ਭੁੱਖ ਵੀ ਲੱਗੀ ਹੈ ਫਿਰ ਕਿ ਮੈਂ ਸਿਰ ਬੜਾ ਡਰ ਕਰਦਾ ਪਿਆ ਉਹ ਆਉਂਦਾ ਤਾਂ ਖਾਂਦੇ ਹਾਂ ਫਿਰ ਅਤੇ ਇਨਸ਼ਾਅੱਲਾ ਬਹੁਤ ਮਜ਼ਾ ਆਵੇਗਾ ਜਿਹੜੇ ਭਾਈ ਨਹੀਂ ਉਹਨੇ ਚੰਦ ਲਾਗੀ ਸਬਸਕ੍ਰਾਈਬ ਕਰੋ ਕਿਉਂਕਿ ਜੋ ਈਦ ਮੁਬਾਰਕ ਆ ਮੈਂ ਉਮੀਦ ਕਰਨਾ ਕਿ ਤੁਹਾਡੀ ਸਾਰਿਆਂ ਦੀ ਈਦ ਬਹੁਤ ਅੱਛੀ ਗੁਜ਼ਰੀ ਮੇਰੀ ਅਲਹਮਦੁਲਿਲਾ ਬਹੁਤ ਅੱਛੀ ਗੁਜ਼ਰੀ ਹੈ ਫਿਰ ਇਸ ਤਰ੍ਹਾਂ ਹੀ ਹੁੰਦਾ ਉਹਨੇ ਆਖਿਆ ਜਿਹੜਾ ਬੰਦਾ ਉਡੇਰਾ ਹੁੰਦਾ ਨਾ ਉਹਨੂੰ ਮਾਰ ਖਾਣੀ ਬੰਦੇ ਫਿਰ ਟੋੜ ਕੇ ਸਾਰੇ ਉਹਨੇ ਐਂਡ ਕਰਨੇ ਹੁੰਦੇ ਅਤੇ ਆ ਦਿਓ ਮੈਂ ਸਿਆਣਾ ਹੋ ਗਿਆ ਹੈ ਨਾ ਇੰਤਜ਼ਾਰ ਦੀਆਂ ਕੜੀਆਂ ਤਾਂ ਐ ਵੇਖੋ ਸੁਣ ਵਾਲਾ ਗੋਸ਼ਤ ਰੋਸਟ ਹੋ ਕੇ ਆ ਗਿਆ ਮੈਂ ਤੁਹਾਨੂੰ ਟੇਸਟ ਕਰਕੇ ਬਤਾਉਣਾ ਹਾਂਜੀ ਮੈਂ ਤੁਹਾਨੂੰ ਟੇਸਟ ਕਰਕੇ ਦੱਸਣਾ ਹੈ ਕੈਸਾ ਬਣਿਆ ਗੋਸ਼ਤ ਮੈਨੂੰ ਬੜਾ ਪਸੰਦ ਹੈ ਬੋਟੀ ਬਿਸਮਿਲ੍ਲਾਹ ਰਹਿਮਾਨ ਸਾਰੀ ਦਾੜਨਾ ਕਰ ਥੱਕ ਟੁੱਟ ਕੇ ਆਈਏ ਨੈਕਸਟ ਟਾਈਮ ਗੋਸ਼ਤ ਹੋਵੇ ਆਏ ਹਾਏ ਹਾਏ ਇੱਥੇ ਨਾਲ ਪਾਣੀ ਠੰਡਾ ਬਾਅਦ ਚ ਇਨਸ਼ਾਅੱਲਾ ਕੋਕਾ ਕੋਲਾ ਬਣਦੀ ਹੈ ਅਤੇ ਹੁਣ ਮੈਂ ਖਾਣਾ ਛਾਣਾ ਖਾ ਲਾਂ ਲੋਕ ਨੂੰ ਇੱਥੇ ਐਂਡ ਕਰੀਏ ਉਹਨਾਂ ਜਿਹੜੇ ਬਾਏ ਨਹੀਂ ਉਹਨੇ ਮੇਰਾ ਚੈਨਲ ਲਾਜ਼ਮੀ ਸਬਸਕ੍ਰਾਈਬ ਕਰ ਦਿਓ ਬੈੱਲ ਆਈਕਨ ਪ੍ਰੈਸ ਕਰ ਦਿਓ ਸੁਬਹਾ ਇਨਸ਼ਾਅੱਲਾ ਦੂਸਰਾ ਦਿਨ ਈਦ ਦਾ ਅਤੇ ਉਹਦੇ ਨਜ਼ਾਰੇ ਵਹਾਵਾਂਗੇ ਦੁਆ ਕਰੀਓ ਦੂਸਰਾ ਦਿਨ ਬਿਹਤਰ ਗੁਜ਼ਰੇ ਅੱਲਾ ਪਾਕ ਤੁਹਾਡਾ ਬਿਹਤਰ ਗੁਜ਼ਾਰੇ ਓਕੇ ਬਾਏ